ਹੈਲੋ ਜੀ, ਸਮਟਾਈਮ ਕੀ ਹੁੰਦਾ ਕਿ ਵੀ ਆਪਣੇ ਜਿਹੜੇ ਸ਼ਿਫਟ ਆਪਾਂ ਗੇਅਰ ਕਰਦੇ ਹਾਂ, ਨੋਬ ਵਗੈਰਾ ਅਪ ਡਾਊਨ ਕਰਦੇ ਹਾਂ, ਉਹਦੀ ਜਿਹੜੀ ਕੈਬ ਦੇ ਥੱਲੇ ਏਅਰ ਲੀਕ ਹੋਣ ਲੱਗ ਪੈਂਦੀ ਆ, ਉਹ ਪ੍ਰੋਬਲਮ ਜਿਹੜੀ ਆ ਪਾਈਪਾਂ ਦੀ ਹੁੰਦੀ, ਏਅਰ ਲੀਕ ਹੁੰਦੀ ਆ, ਉਹ ਚੇਂਜ ਕਰਨੀ ਹਾਰਡ ਲੱਗਦੀ ਹੈ। ਉਹ ਮਕੈਨਿਕ ਨੂੰ ਰੀਅਲੀ ਪੈਸੇ ਜ਼ਿਆਦਾ ਲੈਂਦਾ ਕਿਉਂਕਿ ਜੋਬ ਹਾਰਡ ਹੁੰਦੀ ਹੈ। ਸੋ ਬੈਟਰ ਆ ਕਿ ਆਪਾਂ ਸਭ ਤੋਂ ਪਹਿਲਾਂ ਜਿਹੜੇ ਆਹ ਪਲੇਟ ਆ ਇਹਨੂੰ ਰਿਮੂਵ ਕਰ ਲੈਣਾ। ਕਈ ਟਰੱਕਾਂ 'ਤੇ ਪਲੇਟ ਹੁੰਦੀ, ਕਈਆਂ 'ਤੇ ਨਹੀਂ ਹੁੰਦੀ। ਉਹਨੂੰ ਰਿਮੂਵ ਕਰਨ ਤੋਂ ਬਾਅਦ ਜਿਹੜੀਆਂ ਆਪਣੀਆਂ ਏਅਰ ਲਾਈਨਾਂ ਜਾ ਰਹੀਆਂ, ਉਹਨੂੰ ਉਹਦੇ ਉੱਤੇ ਆਹ ਜਿਹੜਾ ਪੁਸ਼ ਇਨ ਜਿਹੜੇ ਅਡੈਪਟਰ ਲੱਗੇ ਆ ਉਹਨੂੰ ਰਿਮੂਵ ਕਰ ਲੈਣਾ। ਈਜ਼ੀਲੀ ਆ ਕਿ ਵੀ ਉਹਨੂੰ ਕੱਟ ਹੀ ਲਓ, ਪਰ ਮੇਕ ਸ਼ੋਰ ਕੱਟਣ ਤੋਂ ਪਹਿਲਾਂ ਸਾਰਾ ਕੁਛ ਕਰਨ ਤੋਂ ਵੀ ਤੁਹਾਡੇ ਕੋਲ ਹੈਂਡੀ ਹੈਗੇ ਆ, ਪਹਿਲਾਂ ਹੀ ਬਾਈ ਕੀਤੇ ਹੋਏ, ਬਹੁਤ ਈਜ਼ੀ ਆ। ਬੈਟਰ ਆ ਪੁਸ਼ਿਨ ਦੇ ਨਾਲੋਂ ਜਿਹੜੇ ਆ ਟਾਈਟ ਵਾਲੇ ਹੁੰਦੇ ਆ ਸਕਰੂ ਵਾਲੇ, ਇਹ ਯੂਜ਼ ਕਰ ਲਓ, ਇਹ ਛੇਤੀ ਕਿਤੇ ਲੀਕ ਨਹੀਂ ਹੁੰਦੇ। ਵੈਰੀ ਈਜ਼ੀ ਆ ਇਹ ਯੂਜ਼ ਕਰਨਾ। ਪੁਸ਼ਿਨ ਵਾਲਾ ਮੋਰ ਈਜ਼ੀ ਆ, ਪਰ ਸਮਟਾਈਮ ਵਿੱਚੋਂ ਏਅਰ ਲੀਕ ਹੋਣ ਲੱਗ ਪੈਂਦੀ ਆ, ਇਹ ਥੋੜ੍ਹਾ ਜਿਹਾ ਜ਼ਿਆਦਾ ਈਜ਼ੀ ਆ। ਅਤੇ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ, ਮੇਕ ਸ਼ੋਰ ਜਿਹੜੀ ਆਪਣੀ ਏਅਰ ਲਾਈਨ ਆ ਉਹਦੇ ਵਿੱਚੋਂ ਜਿਹੜੇ ਕਲਰ ਦੀ ਆ ਰਹੀ ਹੈ ਉਹਨੂੰ ਉਹਦੇ ਨਾਲ ਹੀ ਮੈਚ ਕਰਨਾ। ਉਹਦੇ ਉੱਤੇ ਕੋਈ ਟੇਪ ਲਾ ਲਓ ਜਾਂ ਕੁਛ ਮਾਰਕ ਕਰ ਲਓ। ਅਨਦਰ ਥਿੰਗ, ਜਿੱਦਾਂ ਥੋੜ੍ਹਾ ਜਿਹਾ ਸ਼ਾਰਪ ਨਾ ਟੇਢਾ ਕੱਟ ਹੋਇਆ, ਇਹ ਟੇਢਾ ਨਹੀਂ ਰੱਖਣਾ, ਥੋੜ੍ਹਾ ਜਿਹਾ ਇਹਨੂੰ ਬਿਲਕੁਲ ਇਹਨੂੰ ਸਟਰੇਟ ਸਾਫ ਸਿੱਧਾ ਕੱਟਿਆ ਹੋਣਾ ਚਾਹੀਦਾ। ਅਤੇ ਉਸਨੂੰ ਉਹਦੇ ਵਿੱਚ ਆਪਣੇ ਪਹਿਲਾਂ ਉਹਨੂੰ ਸਕਰੂ ਪਾਉਣਾ, ਫਿਰ ਉਹਦੇ ਵਿੱਚ ਓ ਰਿੰਗ ਪਾ ਕੇ ਫਿਰ ਜਿਹੜਾ ਅਡੈਪਟਰ ਆ ਉਹਨੂੰ ਰੱਖ ਕੇ ਵਿੱਚ ਟਾਈਟ ਕਰ ਦੇਣਾ। ਟਾਈਟ ਕਰਨਾ ਕੋਈ ਔਖਾ ਨਹੀਂ, ਵੈਰੀ ਈਜ਼ੀ ਆ। ਬਸ ਮੇਕ ਸ਼ੋਰ ਕਿ ਜਿਹੜੀ ਏਅਰਲਾਈਨ ਦੀ ਉਹ ਪਾਈਪ ਆ ਉਹਨੂੰ ਅੰਦਰ ਨੂੰ ਪੁਸ਼ ਕਰਕੇ ਰੱਖਣਾ। ਜੇ ਉਹ ਪੁਸ਼ ਨਹੀਂ ਕੀਤੀ ਹੋਈ ਤਾਂ ਉਹ ਏਅਰ ਉਹ ਪ੍ਰੋਪਰ ਉਹਨੂੰ ਟਾਈਟ ਨਹੀਂ ਕਰਦੀ ਉਹ ਰਿੰਗ ਨੂੰ। ਬਸ ਸਾਰੀਆਂ ਇੱਦਾਂ ਹੀ ਕਰ ਦੇਣੀਆਂ। ਐਂਡ ਅਨਦਰ ਥਿੰਗ, ਜਦੋਂ ਇਹਨੂੰ ਰਿਮੂਵ ਕਰਨਾ, ਮੇਕ ਸ਼ੋਰ ਉਹਨੂੰ ਇੱਕ ਦੂਜੇ ਦੇ ਕਲਰ ਦੇ ਨਾਲ ਮੈਚ ਕਰ ਲੈਣਾ। ਜਿਹੜੀਆਂ ਏਅਰਲਾਈਨਸ ਆਉਂਦੀਆਂ ਉਹਨੂੰ ਟੇਪ ਦੇ ਨਾਲ ਕਰ ਲੈਣਾ, ਟੇਪ ਮੈਚ ਕਰ ਲੈਣੀ ਆ ਔਰ ਕਲਰ ਲਾ ਲੈਣਾ। ਦੈਟਸ ਆਲ, ਥੈਂਕ ਯੂ।